ਸੰਦੂਜਾ ਹੋਸਪਿਟਲ ਐਡਵਾਂਸ ਸੈਂਟਰ ਫੋਰ ਏਐਨਓ ਡਿਜ਼ੀਜ਼ ਜੋ ਕਿ ਜਲੰਧਰ ਵਿਖੇ ਸਥਿਤ ਹੈ। ਇਹ ਹੋਸਪਿਟਲ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸਹੂਲਤਾਂ ਦੇ ਰਿਹਾ ਹੈ। ਡਾਕਟਰ ਰਜਿੰਦਰ ਸਿੰਘ ਜੀ ਹਮੇਸ਼ਾ ਹੀ ਮਰੀਜ਼ਾਂ ਦੀ ਦੇਖਭਾਲ ਲਈ ਤਿਆਰ ਰਹਿੰਦੇ ਹਨ। ਸਾਡੀ ਪੰਜਾਬ ਪਲੱਸ ਦੀ ਟੀਮ ਨੇ ਸੰਦੂਜਾ ਹੋਸਪਿਟਲ ਦਾ ਵਿਸ਼ੇਸ਼ ਦੌਰਾ ਕੀਤਾ। ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਝਲਕੀਆਂ 'ਤੇ। ਮੇਰਾ ਨਾਮ ਡਾਕਟਰ ਰਜਿੰਦਰ ਹੈ। ਜਲੰਧਰ ਵਿੱਚ ਪਹਿਲੀ ਵਾਰ ਆਯੁਰਵੈਦਿਕ ਤਰੀਕੇ ਨਾਲ ਗੁਦਾ ਰੋਗਾਂ ਦਾ ਇਲਾਜ ਲੈ ਕੇ ਆ ਰਹੇ ਹਨ। ਬੇਸਿਕਲੀ ਮੈਂ ਬਾਬਾ ਸਿੰਘ ਦੇ ਜਿਹੜੀ ਪੜ੍ਹਾਈ ਹੈ ਉਹ ਬੈਂਗਲੋਰ 'ਤੇ ਕੀਤੀ ਹੈ। ਸਪੈਸ਼ਲਿਟੀ ਮੇਰੀ ਬਾਬਾ ਸਿੰਘ ਦੇ ਰੋਗਾਂ ਵਿੱਚ ਹੈ। ਬਾਬਾ ਸਿੰਘ ਦੇ ਇਲਾਵਾ ਜਿਹੜੇ ਗੁਦਾ ਰੋਗ ਹੁੰਦੇ ਹੈ, ਬਾਬਾ ਸਿਰ ਹੋ ਗਿਆ, ਭੁਗੰਦਰ ਹੋ ਗਿਆ, ਫਿਸ਼ਰ ਹੋ ਗਿਆ, ਪਾਇਲੋਨੈਡਲ ਸਾਈਨਸ ਹੋ ਗਿਆ, ਇਹ 4-5 ਤਰ੍ਹਾਂ ਦੇ ਰੋਗ ਹੈਗੇ ਆ ਜਿਹਨਾਂ ਕਰਕੇ ਮਰੀਜ਼ਾਂ ਨੂੰ ਪਰੇਸ਼ਾਨੀ ਆਉਂਦੀ ਹੈ। ਸ਼ੁਰੂਆਤ ਵਿੱਚ ਮਰੀਜ਼ ਇਹੀ ਸਮਝਦਾ ਹੈ ਕਿ ਮੈਨੂੰ ਬਵਾਸੀਰ ਹੈ, ਕਿਉਂਕਿ ਗੁਦਾ ਰੋਗ ਜਿਹੜੇ ਹੈਗੇ ਉਹ ਮੇਨਲੀ ਲੋਕਾਂ ਵਿੱਚ ਇੱਕੋ ਹੀ ਰੋਗ ਦੀ ਪਹਿਚਾਣ ਹੈ ਕਿ ਬਵਾਸੀਰ ਹੋ ਗਈ ਹੈ। ਬਵਾਸੀਰ ਦੇ ਇਲਾਵਾ ਜਿਹੜੇ ਰੋਗ ਹਨ ਉਹ ਫਿਸ਼ਰ ਹੈ, ਭੁਗੰਦਰ ਹੈ, ਪਾਇਲੋਨੈਡਲ ਸਾਈਨਸ ਹੈ, ਸਾਰੇ ਰੋਗਾਂ ਦੇ ਲੱਛਣ ਇੱਕ ਸਮਾਨ ਹੁੰਦੇ ਆ। ਅੱਜ ਅਸੀਂ ਓਵਰਵਿਊ ਗੁਦਾ ਰੋਗਾਂ ਦੇ ਸਾਰੇ ਜਿਹੜੇ ਹੈਗੇ ਉਹਨਾਂ ਦੇ ਬਾਰੇ 'ਚ ਗੱਲ ਕਰਦੇ ਹਾਂ। ਗੁਦਾ ਰੋਗਾਂ 'ਚ ਮੇਨਲੀ ਜਿਹੜੇ ਕਾਰਨ ਹੈਗੇ ਆ, ਸੱਤ ਵਾਲੇ ਕਾਰਨ ਦੇ ਬਾਰੇ 'ਚ ਆਪਾਂ ਗੱਲ ਕਰਦੇ ਹਾਂ। ਕਾਰਨ ਮੇਨਲੀ ਦੇਖਿਆ ਜਾਏ ਤਾਂ ਜਿਹੜਾ ਸਾਡਾ ਖਾਣ ਪੀਣ ਹੈ, ਅੱਜ ਕੱਲ੍ਹ ਤਲੀਆਂ ਚੀਜ਼ਾਂ ਦਾ ਜ਼ਿਆਦਾ ਹੈ, ਉਹਨਾਂ ਕਰਕੇ ਦਿੱਕਤ ਆ ਰਹੀ ਹੈ। ਦੂਸਰਾ ਕਾਰਨ ਹੈ ਜਿਹੜੇ ਆਪਾਂ ਸਿਟਿੰਗ ਜ਼ਿਆਦਾ ਆ, ਔਫਿਸ ਵਰਕ ਜਿਹੜੇ ਕਰਦੇ ਆ ਉਹਨਾਂ ਵਿੱਚ ਸਿਟਿੰਗ ਜ਼ਿਆਦਾ ਆ, 2-2 ਘੰਟੇ, 4-4 ਘੰਟੇ ਔਫਿਸ 'ਚ ਸਿਟਿੰਗ ਕਰਦੇ ਆ, ਉਹਨਾਂ ਕਰਕੇ ਨੀਚੇ ਜਿਹੜਾ ਪਾਰਟ ਹੈ ਉਹਦੇ ਵਿੱਚ ਬਲੱਡ ਸਰਕੂਲੇਸ਼ਨ ਘੱਟ ਹੁੰਦੀ ਹੈ, ਉਹਦੇ ਕਰਕੇ ਉੱਥੇ ਜਿਹੜੇ ਮਸਲ ਹੈਗੇ ਉਹ ਪੁੱਲ ਡਾਊਨ ਹੁੰਦੇ ਆ, ਵੀਕ ਰਹਿੰਦੇ ਆ, ਉਹਦੇ ਕਰਕੇ ਅੱਗੇ ਚੱਲ ਕੇ ਗੁਦਾ ਰੋਗਾਂ ਦੀ ਸ਼ਿਕਾਇਤ ਆਉਣ ਦੀ ਸੰਭਾਵਨਾ ਰਹਿੰਦੀ ਹੈ। ਤੀਜਾ ਮੁੱਖ ਕਾਰਨ ਜਿਹੜਾ ਹੈ, ਸਾਡੇ ਜਿਹੜੇ ਭੈਣ ਭਰਾ ਔਫਿਸ ਕੰਮ ਕਰਦੇ, ਖੜ੍ਹੇ ਹੋ ਕੇ ਕੰਮ ਕਰਦੇ ਆ, ਜਿਹੜਾ ਖੜ੍ਹੇ ਹੋ ਕੇ ਕੰਮ ਕਰਨਾ ਉਹਨਾਂ ਵਿੱਚ ਵੀ ਦੇਖਿਆ ਗਿਆ ਤਾਂ ਜਿਹੜੇ ਮਸਲ ਹੈਗੇ ਆ ਗੁਦਾ ਵਿੱਚ ਦੇ ਉਹਨਾਂ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਚੌਥਾ ਕਾਰਨ ਜਿਹੜਾ ਹੈ, ਸਾਡੇ ਜਿਹੜੇ ਭੈਣ ਭਰਾ ਜਿੰਮ ਕਰਦੇ ਹੈਗੇ ਆ, ਜਿਹੜੇ ਜ਼ਿਆਦਾ ਜ਼ੋਰ ਲਾਉਂਦੇ ਆ, ਭਾਰ ਜ਼ਿਆਦਾ ਚੁੱਕਦੇ ਆ, ਉਹਨਾਂ ਵਿੱਚ ਵੀ ਦੇਖਣ ਨੂੰ ਆਇਆ ਕਿ ਨੀਚੇ ਵਾਲੇ ਮਸਲ 'ਚ ਪੁੱਲ ਡਾਊਨ ਦੀ ਕਸ਼ਮਤਾ ਜ਼ਿਆਦਾ ਹੋ ਜਾਂਦੀ ਹੈ, ਇਹਦੇ ਕਰਕੇ ਅੱਗੇ ਚੱਲ ਕੇ ਉਹਨਾਂ ਕਰਕੇ ਵੀ ਗੁਦਾ ਰੋਗਾਂ ਦੀ ਸੰਭਾਵਨਾ ਹੋਣ ਦੀ ਜ਼ਿਆਦਾ ਚਾਂਸਿਸ ਹੁੰਦੇ ਆ। ਲੱਛਣ ਗੁਦਾ ਰੋਗਾਂ 'ਚ ਲੱਛਣ ਮੇਨਲੀ 4 ਤਰ੍ਹਾਂ ਦੇ ਲੱਛਣ ਆਉਂਦੇ ਆ। ਇੱਕ ਤਾਂ ਸਾਹ 'ਤੇ ਸ਼ੁਰੂਆਤ ਕਿ ਦਰਦ ਹੋ ਸਕਦੀ ਹੈ, ਗੁਦਾ ਰੋਗਾਂ 'ਚ ਦਰਦ ਹੋ ਸਕਦੀ ਹੈ, ਕੁਛ ਲੋਕਾਂ ਨੂੰ ਦਰਦ ਹੋਣ ਦੀ ਸੰਭਾਵਨਾ ਰਹਿੰਦੀ ਹੈ, ਕੁਛ ਲੋਕਾਂ ਨੂੰ ਦਰਦ ਨਹੀਂ ਵੀ ਹੁੰਦੀ। ਦੂਜਾ ਕਿ ਸ਼ੁਰੂਆਤੀ ਦੌਰ 'ਤੇ ਦੇਖਣ 'ਚ ਆਇਆ ਕਿ ਕੁਛ ਲੋਕਾਂ ਨੂੰ ਗੁਦਾ ਵਿੱਚ ਖੁਜਲੀ ਹੋਣ ਦੀ ਸੰਭਾਵਨਾ ਹੈਗੀ ਹੈ, ਖੁਜਲੀ ਨਾਲ ਸ਼ੁਰੂਆਤ ਹੋ ਸਕਦੀ ਹੈ ਗੁਦਾ ਰੋਗਾਂ ਦੀ। ਤੀਜਾ ਮੁੱਖ ਕਾਰਨ ਹੈ, ਮੁੱਖ ਲੱਛਣ ਜਿਹੜਾ ਹੈ ਉਹ ਹੈ ਬਲੀਡਿੰਗ ਲੈਟਿਨ ਦੇ ਦੌਰਾਨ ਵੀ ਆ ਸਕਦੀ ਹੈ, ਲੈਟਿਨ ਦੇ ਬਾਅਦ ਵਿੱਚ ਵੀ ਆ ਸਕਦੀ ਹੈ, ਇਹਦਾ ਕਦੇ ਵੀ ਬਲੀਡਿੰਗ ਆ ਸਕਦੀ ਹੈ। ਚੌਥਾ ਜਿਹੜਾ ਕਾਰਨ ਹੈ ਉਹਦੇ ਵਿੱਚ ਗੁਦਾ ਰੋਗ ਦੇਖਿਆ ਗਿਆ ਹੈ ਕਿ ਗੁਦਾ ਦੇ ਚਾਰੋਂ ਤਰਫ ਕਿਤੇ ਵੀ ਛੋਟੀ ਮੂਸੀ ਹੋ ਜਾਂਦੀ ਹੈ, ਉਹਦੇ ਵਿੱਚੋਂ ਕਈ ਵਾਰ ਪਸ ਆਉਂਦੀ ਹੈ, ਮਵਾਤ ਆਉਂਦੀ ਹੈ, ਬਲੀਡਿੰਗ ਵੀ ਆ ਸਕਦੀ ਹੈ, ਅਤੇ 4 ਇਹ ਮੁੱਖ ਲੱਛਣ ਹੈਗੇ ਆ ਗੁਦਾ ਰੋਗਾਂ ਦੇ। ਇਲਾਜ ਦੀ ਗੱਲ ਕਰੀਏ ਤਾਂ ਇਲਾਜ ਮੁੱਖ ਤੌਰ 'ਤੇ ਮਾਡਰਨ 'ਚ ਆਉਂਦਾ ਹੈ, ਮਾਡਰਨ ਸਰਜਰੀ ਕਰਾਉਂਦੇ ਹੈ ਮਾਡਰਨ ਵਿੱਚ, ਅਤੇ ਇੱਕ ਸਾਡੇ ਆਯੁਰਵੈਦਿਕ 'ਚ ਹੈਗਾ ਹੈ ਜਿਹੜਾ ਸਿੰਧੂਜਾ ਹਸਪਤਾਲ ਵਿੱਚ ਆਪਾਂ ਆਯੁਰਵੈਦਿਕ ਤਰੀਕੇ ਨਾਲ ਇਲਾਜ ਕਰਦੇ ਹਾਂ। ਸ਼ੁਰੂਆਤ ਵਿੱਚ ਤਾਂ ਆਯੁਰਵੈਦਿਕ ਤਰੀਕੇ ਨਾਲ ਜਿਹੜੀ ਸ਼ੁਰੂਆਤੀ ਸਟੇਜ ਹੈਗੀ ਹੈ ਉਹਨਾਂ ਵਿੱਚ ਦਵਾਈ ਨਾਲ 100% ਮਰੀਜ਼ ਠੀਕ ਹੋ ਜਾਂਦੇ ਹੈ। ਆਖਰੀ ਜਿਹੜੀਆਂ ਸਟੇਜਾਂ ਹੈ, ਤੀਜੀ ਅਤੇ ਚੌਥੀ ਸਟੇਜ ਜਿਹੜੀ ਪਾਇਲਸ ਵਿੱਚ ਤੀਜੀ ਅਤੇ ਚੌਥੀ ਸਟੇਜ ਹੁੰਦੀ ਹੈ, ਉਹਨਾਂ ਵਿੱਚ ਆਪਾਂ ਆਯੁਰਵੈਦਿਕ ਤਰੀਕੇ ਨਾਲ ਛੋਟਾ ਓਪਰੇਸ਼ਨ ਕਹਿ ਸਕਦੇ ਹਾਂ, ਓਪਰੇਸ਼ਨ ਛੋਟਾ ਓਪਰੇਸ਼ਨ ਕਰਕੇ ਉਹਦਾ ਪੂਰੀ ਤਰ੍ਹਾਂ ਜੜ੍ਹ 'ਤੇ ਖਤਮ ਕਰ ਦਿੱਤੀ ਜਾਂਦਾ ਹੈ। ਇਹਦੇ ਵਿੱਚ ਕੋਈ ਮਰੀਜ਼ ਨੂੰ ਕੋਈ ਚੀਰਾ ਨਹੀਂ ਦਿੱਤਾ ਜਾਂਦਾ, ਕੋਈ ਰੀੜ੍ਹ ਦੀ ਇੰਜੈਕਸ਼ਨ, ਕੋਈ ਐਨਸਥੀਸੀਆ ਦੇਣ ਦੀ ਜ਼ਰੂਰਤ ਨਹੀਂ ਹੈ। ਮਰੀਜ਼ ਤੁਰ ਕੇ ਆਉਂਦਾ ਹੈ ਅਤੇ 2-3 ਘੰਟੇ ਇੱਥੇ ਆਪਾਂ ਛੋਟਾ ਪ੍ਰੋਸੀਜਰ
15-20 मिनट का प्रोसीजर है वह करके 2-3 घंटे हस्पताल में रेस्ट करके फिर घर अपने नॉर्मल रूटीन नाल काम कार कर सकते हैं। साडे प्रोसीजर विच कोई भी रेस्ट करने की जरूरत नहीं, कोई भी ऑफिस वर्क ज्वाइन नैक्सट डे तक कर सकते हो। इलाज विच आयुर्वेदिक तरीके नाल दो तरह के फायदे है, दो तरह के फायदे। एक तो है कि खर्चा वेरी कॉस्ट इफेक्टिव ट्रीटमेंट है, ये कोई एनेस्थीसिया की जरूरत नहीं है, ऑपरेशन थिएटर की फीस नहीं है, आप अपना छोटा जिहा प्रोसीजर के नाल सारा ट्रीटमेंट कॉस्ट इफेक्टिव तरीके हल्की कॉस्ट में जड़ा सर्जरी में 25-30 हज़ार घट्टो घट्ट अच्छा खर्चा आ रहा है, आयुर्वेदिक तरीके साढ़े सिंधु जां बाबा सिर हस्पताल 15,000-20,000 के खर्चे में सारा ट्रीटमेंट कर दिता जाता है। बाबा सिर रोगों की रोकथाम अपना किदां कर सकते हैं, अपने लोगों को थोड़ी जी जानकारी बाबा सिर रोगों के गुदा रोगों के रोकथाम वास्ते अपना लाइफ स्टाइल चेंज कर काफ़ी मदद हो सकती है। सब तो पहले अपना जोड़ा खान पीन है वो सानू लाइफ स्टाइल चेंज करना पैना है। खान पीन च हैगा है कि सानू फाइबर डाइट ज़्यादा लेनी चाहिए है, जेडे अजकल हो गया है फास्ट फूड हो गया, तलिया चीज़ा हो गई हैं, हर घर च चलती है, तो उन्होंने छड के अपने नैचुरल चीज़ा जी है, अपने पुराना खान पीन जोड़ा है फाइबर डाइट है, सलाद है, वैजीटेबल्स हैं, दाल हैं, सब्जी हैं, इन्हों वल सू ज़्यादा झुकाव रखना चाहिए है। बाहर दीज़ा जी तलिया चीज़ें हैं, मिठाई है, समोसे हैं, बाकी फास्ट फूड हैं, उन्होंने वाल सा घट झुकाव होना चाहिए। इसका सानू समय समय से एक्सरसाइज करनी चाहिए है, डेली एक्सरसाइज करनी चाहिए है, जितने कि साढ़े फुल बॉडी में सर्कुलेशन ब्लड का सर्कुलेशन ठीक रहेगा, तो साढ़े जोड़े मसल्स है सारी बॉडी के ठीक रहेंगे। गुदा रोगों मेनली होंदा यही है कि नीचे वाले मसल है वो कमज़ोर हो जाते हैं, वो करके ये अगे चल के दिक्कत आती है। बाबा सिर होने के मुख्य कारण जोड़े है, चार मुख्य कारण है। पहला कारण है जोड़ा कब्ज़ है, पेट खराब होना, पेट डाइजेशन ठीक ना होना। जो भी पेट साडा कब्ज़ रहिंदी है उदो जी लैट्रीन है साड़ी स्टूल करने की जी पास स्टूल होना है वो रगड़ लैग के होना है, जेडे मसल है गुदा च उत्थे ज रगड़ लगती है तो जोड़े मसल है वो नीचे की तरफ जाते हैं, जेडे कमजोर मसल है वो सार तो पहले नीचे खोलते हैं। आयुर्वेदिक तरीके जोड़ा इलाज सिंधु जी हस्पताल हो रहा है, तो पुराने तरीके जोड़ा आयुर्वेदिक इलाज हों, अजकल जोड़ा एडवांस तरीके आयुर्वेदिक तरीके एडवांस सर्जरी इलाज होंगे। पहले जोड़ा सी जो इलाज से वो टाइम लंबा लगता सी आयुर्वेद तरीके भी, पर अजकल जोड़ा आयुर्वेद तरीके इलाज है वो समय बहुत घट लगता है, तो मरीज न तकलीफ बहुत घट होंगी है, तो मरीज अपना नॉर्मल रूटीन है वो नॉर्मल तरीके ऑफिस ज्वाइन कर सकते हैं, अपना रूटीन वर्कअप कर सकते हैं, लेडी जड़ी अपना काम कर सकती हैं। इलाज भी दूजी गल है कि जोड़े साढ़े भैन भरा थोड़े इकोनोमिकली वीक है, पैसा धेले इंतजाम नहीं कर सकते हैं, उन्होंने वास्ते खास कंसैशन दी जाती है। दूजा जो एक्स सर्विस मैन है साढ़े भैन भरा आर्मी है रिटायर्ड है, उन्होंने वास्ते भी इलाज में खास रियायत दी जाती है। दोनों जोड़े अपने है एक तो बिलो पॉवर्टी लाइन है जो गरीब तबका है साड़ी, दूजा जो अपने आर्मी के भैन भरा है रिटायर्ड है, उन्होंने खास कंसेशन पर सारा इलाज खास सस्ते रेट पर किया जा रहा है।